ਸਵੱਛ ਭਾਰਤ ਅਭਿਆਨ ਤਹਿਤ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਸ਼ਹਿਰਾਂ ਨੂੰ ਸਾਫ਼ ਰੱਖਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਦੀ ਸ਼ੁਰੂਆਤ ਕਾਗਜ਼ੀ ਤੌਰ ਤੇ ਨਾਭਾ ਇੱਕ ਨਗਰ ਕੌਂਸਲਰ ਵੱਲੋਂ ਕਾਫੀ ਦਿਨ ਪਹਿਲਾਂ ਤੋਂ ਕਰ ਦਿੱਤੀ ਸੀ, ਪਰ ਹਕੀਕਤ ਵਿੱਚ ਨਾਭਾ ਸ਼ਹਿਰ ਅੰਦਰ ਤਕਰੀਬਨ ਹਰ ਵਾਰਡ ਵਿੱਚ ਸਫਾਈ ਦਾ ਕਾਫੀ ਮਾੜਾ ਹਾਲ ਹੈ। ਹਰ ਵਾਰਡ ਵਿੱਚ ਹੀ ਕੂੜੇ ਦੇ ਲੰਬੇ ਲੰਬੇ ਢੇਰ ਨਜ਼ਰ ਆ ਰਹੇ ਹੈ, ਜਿਸ ਤੋਂ ਕਿ ਸ਼ਹਿਰ ਵਾਸੀ ਕਾਫੀ ਨਾਰਾਜ਼ ਹੈ। ਅਜ਼ਨਾਬਾ ਦੇ ਬਾਜ਼ੀਗਰ ਬਸਤੀ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਨਾਭਾ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਸ਼ਹਿਰ ਵਾਸੀਆਂ ਦਾ ਇਹ ਦੋਸ਼ ਹੈ ਕਿ ਨਗਰ ਕੌਂਸਲ ਨਾਭਾ ਵੱਲੋਂ ਸ਼ਹਿਰ ਅੰਦਰੋਂ ਕੂੜਾ ਚੱਕਣ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਜਾ ਰਿਹਾ, ਜਿਸ ਨਾਲ ਉਹਨਾਂ ਨੂੰ ਆਪਣੇ ਮੁਹੱਲਿਆਂ ਵਿੱਚੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ। ਕੂੜੇ ਦੇ ਢੇਰਾਂ ਵਿੱਚ ਕਾਫੀ ਬਦਬੂ ਆ ਰਹੀ ਹੈ, ਜਿਸ ਨਾਲ ਕਿ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੈ। ਇਸ ਤੋਂ ਇਲਾਵਾ ਸਕੂਲਾਂ ਦੇ ਬਾਹਰ ਵੀ ਅਕਸਰ ਕੂੜੇ ਦੇ ਵੱਡੇ ਵੱਡੇ ਢੇਰ ਨਜ਼ਰ ਆ ਜਾਣਗੇ, ਜਿਸ ਨਾਲ ਕਿ ਸਕੂਲਾਂ ਵਿੱਚ ਪੜ੍ਹਨ ਵਾਲੇ ਹਜ਼ਾਰਾਂ ਵਿਦਿਆਰਥੀਆਂ ਅਤੇ ਸਟਾਫ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਜ਼ੀਗਰ ਬਸਤੀ ਨਾਭਾ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਬਾਹਰ ਵੀ ਕੁਝ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ, ਜਿੱਥੇ ਸਕੂਲ ਦੇ ਅੰਦਰ ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਬਹੁਤ ਸਫਾਈ ਰੱਖੀ ਗਈ ਹੈ, ਪਰ ਸਕੂਲ ਦੇ ਬਾਹਰ ਰੋਜ਼ਾਨਾ ਹੀ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ। ਇਸ ਸਮੱਸਿਆ ਸੰਬੰਧੀ ਸਕੂਲ ਦੇ ਅਧਿਆਪਕਾਂ ਨੇ ਨਗਰ ਕੌਂਸਲਰ ਦੇ ਅਧਿਕਾਰੀਆਂ ਨੂੰ ਵੀ ਕਾਫੀ ਅਪੀਲ ਕੀਤੀ, ਪਰ ਕਿਸੇ ਵੀ ਅਧਿਕਾਰੀ ਨੇ ਬੱਚਿਆਂ ਨੂੰ ਆ ਰਹੀ ਸਮੱਸਿਆ ਦਾ ਹੱਲ ਕਰਨ ਦਾ ਕੋਈ ਕਦਮ ਨਹੀਂ ਚੁੱਕਿਆ। ਪੁੱਛਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਵੀ ਵੱਡੇ ਵੱਡੇ ਦਾਅਵੇ ਕਰਨ ਵਾਲੀ ਇਹ ਕਾਂਗਰਸ ਸਰਕਾਰ ਬਹੁਤ ਨਲੈਕੀ ਹੈ ਤੁਹਾਡੀ। ਜੇ ਤੁਹਾਡੇ ਕੋਲ ਕੋਈ ਕੰਮ ਹੋਣਾ ਹੀ ਨਹੀਂ ਸੀ ਤੇ ਵੱਡੇ ਵੱਡੇ ਵਾਅਦੇ ਕਰ ਰਹੇ ਸੀ। ਮੈਂ ਕਹਿੰਦਾ ਤੁਸੀਂ ਝੂਠ ਬੋਲਣਾ ਤੇ ਲੋਕਾਂ ਨੂੰ ਗੁੰਮਰਾਹ ਕੀਤਾ। ਸਵੱਛ ਭਾਰਤ ਦੀ ਜਿਹੜੀ ਇਹਨਾਂ ਨੇ ਅੱਜ ਗੱਲ ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਸਾਡੇ ਇੱਥੇ ਪੰਜਾਬ ਦੇ ਕੈਬਨਿਟ ਮੰਤਰੀ ਵੱਲੋਂ ਵੀ ਉਦਘਾਟਨ ਕੀਤੇ ਗਏ ਨੇ। ਸਿਰਾ ਡਰਾਮਾ ਹੈ, ਡਰਾਮੇਬਾਜ਼ੀ ਇਹਨਾਂ ਨੂੰ ਕਰਨਾ ਆਉਂਦਾ, ਸਪੀਚ ਦੇਣੀ ਆਉਂਦੀ ਇਹਨਾਂ ਨੂੰ, ਹੋਰ ਕੁਛ ਨਹੀਂ ਇਹਨਾਂ ਦੇ ਪੱਲੇ। ਥਾਂ ਦੇਖ ਰਹੇ ਹੋ, ਥਾਂ ਥਾਂ ਕੂੜੇ ਦੇ ਢੇਰੀਆਂ, ਸ਼ਹਿਰ ਦੀ ਇੰਨੀ ਦੁਰਦਸ਼ਾ ਬਣੀ ਪਈ ਹੈ, ਜਿਹੜੀ ਸਫਾਈ ਨੂੰ ਲੈ ਕੇ ਬਹੁਤ ਵੱਡਾ ਰੌਲਾ ਪਾਇਆ ਜਾ ਰਿਹਾ। ਤੁਸੀਂ ਹਰ ਮੋੜ ਤੇ ਦੇਖ ਲਓ ਡੰਪ ਬਣ ਗਏ ਕੂੜਿਆਂ ਦੇ, ਕੋਈ ਸੁਣਵਾਈ ਨਹੀਂ ਹੈ ਕਿਸੇ ਬੰਦੇ ਦੀ। ਨਾਭਾ ਤੋਂ ਸੁਖਚੈਨ ਸਿੰਘ, ਜੀਵੇ ਪੰਜਾਬ ਟੀਵੀ।